नवे ब्लॉग ਤੁਹਾਡਾ एक बार फिर स्वागत है। ਤੁਸੀਂ देख रहे हो रिपन ते खुशी ਨੂੰ। कोई ਭਾਗਾਣਾ ਜਾਂ ਵਿਰਲਾ ਦਿਨ ਹੁੰਦਾ ਯਾਰ ਜਿੱਦੇ ਅਸੀਂ ਆਪਣੇ ਰੂਮ ਚੋਂ मतलब 12 ਵਜੇ ਜਾਂ 11 ਵਜੇ ਨਿਕਲ ਜੀ। ਅਸਲ ਵਿੱਚ ਤਾਂ ਸਾਨੂੰ ਹਰ ਰੋਜ਼ 1:30 ਵੱਜ ਜਾਂਦਾ ਹੈ। ਅੱਜ ਵੀ ਅਸੀਂ ਤਿਆਰ ਹੁੰਦੇ ਬਹੁਤ ਲੇਟ ਹੋ ਗਏ ਤੇ 1 ਵੱਜ ਚੁੱਕਿਆ ਤੇ ਅੱਧਾ ਦਿਨ ਦਾ ਸਾਡਾ ਇੰਜ ਚੱਲੇਗਾ। ਵੈਸੇ ਵੀ ਯਾਰ ਦੁਬਈ ਨਾ ਸ਼ਾਮ ਨੂੰ ਹੀ ਭੱਖਦਾ ਹੈਗਾ ਤੇ ਸਵੇਰੇ ਇੱਥੇ ਰੌਣਕ ਨਹੀਂ ਹੁੰਦੀ। 11 ਵਜੇ ਤੋਂ ਪਹਿਲਾਂ ਕੁਝ ਖੁੱਲਦਾ ਵੀ ਨਹੀਂ ਹੈਗਾ। ਅੱਜ ਅਸੀਂ ਚੱਲੇ ਆ ਖੁਸ਼ੀ ਲਈ ਇੱਕ ਪਿਆਰਾ ਜਿਹਾ ਗਿਫਟ ਲੈਣ, ਕਿਉਂਕਿ ਐਨਵਰਸਰੀ ਤੇ ਯਾਰ ਅਸੀਂ ਥੋੜੇ ਜਿਹੇ ਨਹੀਂ ਬਹੁਤ ਜ਼ਿਆਦਾ ਬਿਜੀ ਸੀਗੇ। ਅਸੀਂ ਕੁਝ ਵੀ ਨਹੀਂ ਲੈ ਸਕੇ ਮੈਂ ਤੇ ਆਪਾਂ ਰੂਮ ਜਾ ਕੇ ਦੁਬਾਰਾ ਗਿਫਟ ਓਪਨ ਕਰਾਂਗੇ। ਵੈਸੇ ਅੱਜ ਬਾਈ ਉੱਥੋਂ ਕਰਨ ਚੱਲੇ ਆ। ਸਾਡੇ ਹੋਟਲ ਦਾ ਨਾ ਬਾਹਰਲਾ ਪਾਸਾ ਗੈਲਰੀ ਆ ਗਈ। ਹਰ ਰੋਜ਼ ਕਲੀਨਿੰਗ ਹੁੰਦੀ ਹੈ ਤੇ ਬਹੁਤ ਸੋਹਣਾ ਹੋਟਲ ਹੈ ਯਾਰ। ਤੁਹਾਨੂੰ ਰਿਐਲਿਟੀ 'ਚ ਦੱਸਾਂ, ਦੇਰਾ ਏਰੀਆ ਪੈਂਦਾ ਇਹ ਦੁਬਈ ਦਾ, ਦੇਰੇ ਏਰੀਆ ਦੇ ਵਿੱਚ ਤੇ ਬਾਕੀ ਫੈਸਿਲਿਟੀ ਬਹੁਤ ਵਧੀਆ ਤੇ ਹੋਟਲ ਦਾ ਸਟਾਫ ਬਹੁਤ ਵਧੀਆ, ਸਾਰੇ ਹੋਟਲ ਕੋਆਪਰੇਟ ਕਰਦੇ ਆ। ਮਤਲਬ ਤਾਂ ਕਰਕੇ ਅਸੀਂ ਜਦੋਂ ਲਾਸਟ ਟਾਈਮ ਵੀ ਆਏ ਸੀ ਇਸੇ ਨੂੰ ਪ੍ਰੈਫਰ ਕੀਤਾ ਸੀ। ਐਤਕੀ ਵੀ ਅਸੀਂ ਇਸੇ ਨੂੰ ਪ੍ਰੈਫਰ ਕਰਦੇ ਆ। ਅੱਜ ਨਾ ਅਸੀਂ ਚੱਲੇ ਆ ਖੁਸ਼ੀ ਨੂੰ ਗਿਫਟ ਦਿਵਾਉਣ ਤੇ ਗਿਫਟ ਕਿੱਥੋਂ ਲੈਣਾ ਤੇ ਉਹਦਾ ਅਜੇ ਡਿਸਾਈਡ ਨਹੀਂ ਹੈਗਾ। ਵੈਸੇ ਮੈਂ ਮਾਲ ਚੋਂ ਗਿਆ ਸੀਗਾ, ਬਾਈ ਦੀ ਮਾਰਕੀਟ ਚੋਂ, ਬਾਈ ਦੀ ਮਾਰਕੀਟ ਚੋਂ ਚੰਡੀਗੜ੍ਹੋਂ। ਇਹ ਮੇਨ ਏਰੀਆ, ਮੇਨ ਐਂਟਰੈਂਸ ਹਾਲ ਆ ਗਿਆ ਇੱਥੇ ਤੇ ਹੋਟਲ ਦਾ ਸਾਰਾ ਤੇ ਇਹ ਤੇ ਬਾਹਰ ਗਰਮੀ ਬਹੁਤ ਆ ਯਾਰ। ਅੰਦਰ ਨਾ ਜਦੋਂ ਅਸੀਂ ਅੰਦਰ ਹੁੰਨੇ ਆ ਠੰਡ ਲੱਗਦੀ ਹੁੰਦੀ ਆ ਸਾਨੂੰ, ਮਤਲਬ ਅੰਦਰ ਮੌਸਮ ਸਹੀ ਲੱਗਦਾ ਹੁੰਦਾ ਹੈਗਾ। ਕੱਲਾ ਉਧਰ ਨਾ मार्च महीने का तुम देख लो, फरवरी च भी इतने एसी चलते हैं। बाहर ना इतने जिन्या भी मतलब कारा कूरा सारिया ब्लैक शीशे करा के रखते हैं। मैं थोड़ा पहला भी दसिया से ना सारे देखो ब्लैक 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 है, क्योंकि गर्मी बहुत पैंदी है। जाते जाते ना असं सब तो पहला कराने चले रीचार्ज, क्योंकि यार वैसे रीचार्ज ना इतने हर रोज ही खत्म हो जाता। ये यार 10 दिराम डालना यार भाई है, खुशी अपना कंपनी का सिम है ना। इतने यार इंटरनेट पैक बहुत महंगे आ, हर रोज़ खत्म हो जाता, मतलब 10 दिराम का हर रोज़ पवाना पैंता है। खुशी जे तुसी किसी मोबाइल वगैरह लैन बारे सोच रहे हो तो इतने ले लो, इतने भी है, अच्छा। ਤੇ ਵੈਸੇ ਮੈਂ ਕਿ ਇੱਥੇ ਵੀ ਪਿਆ ਬਹੁਤ ਕੁਝ, ਜੇ ਇੱਥੋਂ ਲੈਣਾ ਇੱਥੋਂ ਲੈ ਸਕਦੇ ਹੋ। ਵੀ ਓਪੋ ਦਾ ਲੈ ਲਓ, ਓਪੋ ਦਾ ਲੈ ਲਓ, ਜਿਹੜਾ ਮਰਜ਼ੀ ਲੈ ਲਓ। ਆਈਫੋਨ ਵਰਤ ਕੇ ਓਪੋ ਨਹੀਂ ਬੰਦਾ ਵਰਤ ਸਕਦਾ। ਠੀਕ ਹੈ ਭਾਈ। ਮਾਲ ਨਾ ਦੁਬਈ ਦੇ ਸੈਂਟਰ ਜੇ ਚ ਪੈਂਦਾ ਤੇ ਉਹਦੇ ਲਈ ਅਸੀਂ ਮੈਟਰੋ ਯੂਜ਼ ਕਰਦੇ ਹਾਂ ਹਮੇਸ਼ਾ ਜਾਣ ਲਈ, ਪਹਿਲਾਂ ਵੀ ਇੱਕ ਦੋ ਵਾਰ ਜਾਏ। ਤੇ ਅੱਜ ਅਸੀਂ ਰੀਚਾਰਜ ਕਰਨੇ, ਇੱਥੋਂ ਰੀਚਾਰਜ ਹੋ ਜਾਂਦੇ ਆ ਤੇ ਕਾਰਡ ਵੈਸੇ ਹਰ ਰੋਜ਼ ਦੇ ਸਾਡੇ 20-30 ਦਰਾਮ ਲੱਗ ਜਾਂਦੇ ਆ। ਖੁਸ਼ੀ 50 ਦਰਾਮ ਹੀ ਪਾ ਲਾ ਯਾਰ ਅੱਜ ਦਾ। इतने ना मशीनां लगियां हुईयां रीचार्ज करने, इलैक्ट्रॉनिक अपने आप। ये वैसे दिल्ली भी एवें दा ही हैगा, अगर दुबई च सेम ही है। नहीं कार टॉप अप कर लो, यस। किन्ने 20 दरम आने, 50 पा दो, 50 पा दो, 50 तो किन्ने का 2 दिन च लग जाने हैं। नोट पा लो, उत्थे सही है। आ गया बायोडाटा। ओ किन्नियां ने पहला कड्डी नहीं है, कार्ड ले लो। मेरे कार्ड च ना यार पैसे पै नहीं रहे, पता नहीं कहां, तो खुशी वाले च पै गए ते आपां मैनुअली रीचार्ज कराउण जा रहे हैं। मैनुअली भी इत्थे रीचार्ज हो जाणा है। छोटे नोट ते करदा, हां मेरे कोल 100 दा नोट सी, 100 तों 200 दा सीगा ते मैं पवाउणे सी 50, बाकी मोड़ दा नहीं। ਇਹ ਹੈ ਮੁੰਡੇ ਦੁਬਈ 80-85 ਦੇ ਨੇੜੇ ਇੱਥੇ ਗਏ ਬੰਦੇ ਦੱਸਦੇ ਆ ਕਿ ਉਦੋਂ ਇੱਥੇ ਕੁਝ ਨਹੀਂ ਹੁੰਦਾ ਸੀ, ਹੁਣ ਦੇਖ ਰੇਤਾ ਹੀ ਹੁੰਦਾ ਸੀ। ਹੁਣ ਦੇਖ ਲਓ ਸਾਰਾ ਹਰਿਆ ਭਰਿਆ ਪਿਆ, ਕਿੰਨੀ ਤਰੱਕੀ ਕਰ ਗਿਆ ਦੁਬਈ। ਅੱਜ ਕੱਲ੍ਹ ਨਾ ਦੁਨੀਆ ਦੀਆਂ ਵੱਡੀਆਂ ਸੈਰਗਾਹਾਂ ਚੋਂ ਇੱਕ ਹੈ। ਪੂਰੇ ਦੁਨੀਆ ਭਰ ਦੇ ਦੇਸ਼ਾਂ ਚੋਂ ਲੋਕ ਮਤਲਬ ਇੱਥੇ ਦੁਬਈ ਘੁੰਮਣ ਆਉਂਦੇ ਆ। ਤੁਸੀਂ ਦੇਖ ਲਓ ਇੱਥੇ ਬਰਨੋ ਉੱਡਦੀ ਹੁੰਦੀ ਸੀਗੀ ਅਤੇ ਆ ਘਾਹ ਦੇ ਏਡੇ ਏਡੇ ਮੈਦਾਨ ਕਰਤੇ ਖਜੂਰਾਂ, ਤਾਂ ਇੱਥੋਂ ਦਾ ਜਿਹੜਾ ਰਾਸ਼ਟਰੀ ਦਰਖਤੀ ਕਹਿ ਸਕਦੇ ਇਹਨੂੰ, ਖਜੂਰਾਂ ਤਾਂ ਤੁਹਾਨੂੰ ਸਾਰੇ ਕਿਤੇ ਮਿਲਣਗੀਆਂ। ਪਰ ਇਹ ਦੇਖੋ ਤੁਸੀਂ ਮਤਲਬ ਕਿੰਨਾ ਡਿਵੈਲਪ ਕੀਤਾ ਇਹਨਾਂ ਨੇ ਆਪਣੇ ਆਪ ਨੂੰ। ਗਰਮੀ ਵੀ ਇੱਥੇ ਹੁਣ ਪਹਿਲਾਂ ਜਿੰਨੀ ਨਹੀਂ ਪੈਂਦੀ ਕਹਿੰਦੇ। ਅਲ ਮਹੱਤਬ ਕਾ ਜੀ ਆਪਾਂ ਪਹੁੰਚਣਾਂਗੇ ਬੁਰਜ ਖਲੀਫਾ। ਬੁਰਜ ਖਲੀਫਾ ਅਰਬੀ ਭਾਸ਼ਾ ਚ ਦੁਬਈ ਮੂਲ। ਦ ਨੈਕਸਟ ਸਟੇਸ਼ਨ ਇਜ਼ ਬੁਰਜ ਖਲੀਫਾ ਦੁਬਈ ਮੂਲ। ਆਪਣੇ ਕਹਿੰਦੇ ਹੁੰਦੇ ਨੇ ਕਿ ਆਪਣੇ ਲੋਕ ਪੰਗੇ ਲੈਣੋਂ ਨਹੀਂ ਹਟਦੇ, ਇੱਥੇ ਕੋਈ ਪੰਗਾ ਲੈ ਕੇ ਦਿਖਾਵੇ, ਇੱਥੇ ਰੂਲ ਇੰਨੇ ਸਖਤ ਹੈ। 40,000 ਰੁਪਏ ਜੁਰਮਾਨਾ ਜੇ ਇਹਦੇ ਹੱਥ ਰੱਖਦਾ। ਆਪਣੇ ਤਾਂ ਜਿਵੇਂ ਪੌੜੀਆਂ ਦੇ ਨਾਲ ਲੱਗਿਆ, ਹੁਣ ਉਹ ਤੋੜ ਦੇਣ ਇਹਨੂੰ। ਜਿਹੜਾ ਦੁਬਈ ਮਾਲ ਤੇ ਬੁਰਜ ਖਲੀਫਾ ਦਾ ਮੈਟਰੋ ਸਟੇਸ਼ਨ ਹੈ, ਇਹ ਕਾਮਨ ਹੀ ਹੈ, ਸਾਂਝਾ ਹੀ ਹੈ। ਇਹਦੇ ਵਿੱਚ ਹੀ ਮਾਲ ਬਣਿਆ ਹੋਇਆ, ਮੈਟਰੋ ਸਟੇਸ਼ਨ ਦੇ ਵਿੱਚੋਂ ਹੀ ਰਸਤਾ ਜਾਂਦਾ, ਤੁਹਾਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈਗੀ। ਤੇ ਆਹ ਸਾਰੀਆਂ ਟਿਊਬਸ ਲੱਗੀਆਂ,
ਜਿਵੇਂ ਤੁਹਾਨੂੰ ਪਹਿਲਾਂ ਸੀ ਨਾ ਗਰਮੀ ਕਰਕੇ, ਕਿਉਂਕਿ ਇੱਥੇ ਯਾਰ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ, ਅਤੇ ਜਗ੍ਹਾ ਜਗ੍ਹਾ 'ਤੇ ਇਸ ਤਰ੍ਹਾਂ ਅੰਦਰ ਦੀ ਮਤਲਬ ਸਾਰੀਆਂ ਗੈਲਰੀਜ਼ ਬਣੀਆਂ ਹੁੰਦੀਆਂ, ਜਿਵੇਂ ਆਪਾਂ ਚਲੋ ਪਲੇਨ 'ਚ ਚੜ੍ਹਦੇ ਨਾ ਜਹਾਜ਼ 'ਚ ਜਾਂਦੇ ਹਾਂ, ਅਤੇ ਉਵੇਂ ਦੀ ਸੇਮ ਹੈ ਇਹ। ਸਾਹਮਣੇ ਬੁਰਜ ਖਲੀਫਾ ਦਿਖਣ ਲੱਗ ਗਿਆ, ਅਤੇ ਕਈ ਥਾਵਾਂ 'ਤੇ ਨਾ ਇੱਥੇ ਐਸਕੀਲੇਟਰ ਲੱਗੇ ਹੋਏ ਆ, ਅਤੇ ਤੁਰਨ ਦੀ ਵੀ ਨਹੀਂ ਲੋੜ, ਬਸ ਉੱਪਰ ਖੜ੍ਹੇ ਰਹੋ, ਆਪਣੇ ਆਪ ਤੁਰੇ ਜਾਊਂਗੇ। ਅਤੇ ਦੁਬਈ ਮਾਹੌਲ ਪਹੁੰਚ ਗਏ, ਹੁਣ ਅਸੀਂ ਇੱਥੋਂ ਕਰਦੇ ਹਾਂ ਆਪਾਂ ਸ਼ੋਪਿੰਗ। ਖੁਸ਼ੀ ਤਾਂ ਦੇਖੋ ਅੱਜ ਭੱਜੀ ਜਾਂਦੀ ਹੈ, ਇਹਨੂੰ ਤਾਂ ਛੇਤੀ ਛੇਤੀ ਲਵਾ ਦਾਂ ਰਿਪਨ ਦੇ ਪੈਸੇ ਸਾਰੇ ਜਿੰਨੇ ਹੈਗੇ ਆ। ਇਹ ਅਸੀਂ ਹੁਣ ਦੁਬਈ ਮਾਲ ਦੇ ਵਿੱਚ ਖੜ੍ਹੇ ਹਾਂ, ਇਹ ਸਾਰਾ ਦੁਬਈ ਮਾਲ ਆ, ਅਤੇ ਇਹਦੇ ਵਿੱਚੋਂ ਬੁਰਜ ਖਲੀਫਾ ਦਿਖਦਾ, ਉਹ ਸਾਹਮਣੇ ਦੇਖੋ ਉੱਪਰ ਤੱਕ ਬੁਰਜ ਖਲੀਫਾ। ਇਹ ਨਾ ਦੁਬਈ ਮਾਲ ਦਾ ਖਾਣ ਪੀਣ ਦਾ ਸੈਕਸ਼ਨ ਆ ਸਾਰਾ, ਅਤੇ ਗਰਾਊਂਡ ਫਲੋਰ 'ਤੇ, ਅਤੇ ਇੱਥੋਂ ਹੀ ਬੁਰਜ ਖਲੀਫੇ ਨੂੰ ਰਸਤਾ ਵੀ ਜਾਂਦਾ, ਅਤੇ ਇੱਥੇ ਸਾਰੇ ਜਿੰਨੇ KFC ਹੋ ਗਿਆ, ਮੈਕਡੀ ਹੋ ਗਿਆ, ਸਟਾਰਬਕ ਹੋ ਗਿਆ, ਅਤੇ ਪੀਜ਼ਾ ਹੱਟ ਹੋ ਗਿਆ, ਜਿੰਨੇ ਵੀ ਖਾਣ ਪੀਣ ਦੇ ਹੁੰਦੇ ਆ ਸਾਰੇ ਇਹਨਾਂ ਨੇ ਗਰਾਊਂਡ ਫਲੋਰ 'ਤੇ ਦਿੱਤੇ ਹੋਏ ਆ, ਅਤੇ ਇੱਥੇ ਲੋਕ ਬਹਿ ਕੇ ਗੱਪਾਂ ਛੱਪਾਂ ਮਾਰਦੇ ਆ। ਅਤੇ ਹੁਣ ਆਪਾਂ ਜਾਣਾ ਉੱਪਰ, ਉੱਪਰਲੇ ਪਾਸੇ ਨੇ ਜਿਵੇਂ ਸਟੋਰ ਹੋ ਗਏ ਸਾਰੇ, ਅਤੇ ਖੁਸ਼ੀ ਨੇ ਸ਼ੋਪਿੰਗ ਕਰਨੀ ਹੈ ਜਾਂ। ਇਹ ਆ ਦੁਬਈ ਮਾਲ, ਬਹੁਤ ਵੱਡਾ ਮਾਲ ਆ ਯਾਰ, ਮੈਂ ਕਹਿੰਦਾ ਬੰਦਾ ਫਿਰਦੇ ਫਿਰਦਾ ਥੱਕ ਜੇ। ਅਤੇ ਲਕੋਸਟ ਏਅਰ ਗੇ ਬ੍ਰਾਂਡ ਤਾਂ ਆਪਣੇ ਵੀ ਹੁਣ ਹੈਗੇ ਵੈਸੇ, ਅਤੇ ਇੰਨਾ ਵੱਡਾ ਨਾ ਇਹ, ਮੈਨੂੰ ਐਂ ਲੱਗਦਾ ਵੀ ਇੱਕ ਦਿਨ 'ਚ ਵੀ ਪੂਰਾ ਨਹੀਂ ਘੁੰਮਿਆ ਜਾਣਾ। ਆਪਾਂ ਲੰਟੇ ਲੁੰਟੇ ਨੂੰ ਜਾਂ ਜਿੰਨਾ ਆਪਣੇ ਖਾੜ ਇੱਕ ਹੋਰ ਖੁੱਲ੍ਹਿਆ ਸੀਗਾ, ਮੇਰੇ ਨਾਮ ਨਹੀਂ ਚੇਤੇ ਆ ਰਹੇ, ਕਮੈਂਟ ਕਰ ਦਿਓ ਜਿਹਨੂੰ ਚੇਤੇ ਆ ਗਿਆ, ਅਤੇ ਆਪਾਂ ਉਹਨਾਂ ਨੂੰ ਵੱਡੇ ਮਾਲ ਕਹਿੰਦੇ ਹਾਂ। ਪਰ ਜੇ ਤੁਸੀਂ ਆ ਕੇ ਦੁਬਈ ਦੇ ਮਾਲਸ ਦੇਖੋਗੇ ਨਾ, ਜਿਵੇਂ ਇੱਥੇ ਇਬਨ ਬਤੂਤਾ ਮਾਲ ਹੈ, ਮਾਲ ਆਫ ਇਮੀਰੇਟਸ ਹੈ, ਅਤੇ ਇੱਕ ਜਿਵੇਂ ਦੁਬਈ ਮਾਲ ਹੋ ਗਿਆ, ਇਹ ਤਾਂ ਬਾਹਲੇ ਵੱਡੇ ਮਾਲ ਆ ਯਾਰ, ਮਤਲਬ ਬੰਦਾ ਫਿਰਦਾ ਥੱਕ ਜੂਗਾ, ਅਤੇ ਮਾਲ ਨਹੀਂ ਮੁੱਕਦਾ ਹੈਗਾ। ਮੈਂਗੋ, MK, ਅਤੇ ਪਤਾ ਨਹੀਂ ਹੁਣ ਵੀ ਖੁਸ਼ੀ ਕਿੱਥੇ ਕਿੱਥੇ ਫਿਰਾਊਗੀ। ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਨਾ ਕਿ ਬੁਰਜ ਖਲੀਫਾ ਇਹਦੇ ਵਿੱਚ ਹੀ ਬਣਿਆ ਹੋਇਆ, ਬੁਰਜ ਖਲੀਫੇ ਨੂੰ ਜਾਂਦਾ ਐਟ ਦੀ ਟੋਪ ਆਫ ਬੁਰਜ ਖਲੀਫਾ, ਅਤੇ ਇਹ ਮਾਲ ਆ ਸਾਰਾ ਇਹਦੇ ਵਿੱਚ ਹੀ ਮਤਲਬ ਬੁਰਜ ਖਲੀਫਾ ਹੈਗਾ, ਅਤੇ ਇੱਕ ਪਾਰਟ ਤੋਂ ਇੱਕ ਪਾਸਿਓਂ ਇਹਦੇ ਤੁਸੀਂ ਜਾ ਸਕਦੇ ਹੋ, ਅਤੇ ਇਹਦੀ ਐਂਟਰੀ ਫ੍ਰੀ ਆ, ਅਤੇ ਜਿਹੜਾ ਬੁਰਜ ਖਲੀਫਾ ਉਹਦੀ ਟਿਕਟ ਲੱਗਦੀ ਹੈ 150 ਦਰਹਮ ਆ, ਮਤਲਬ 31-32 ਰੁਪਇਆ ਪੈਂਦਾ ਆਪਣਾ ਇੰਡੀਅਨ ਇੱਕ ਜਣੇ ਦਾ। ਇੱਥੇ ਨਾ ਯਾਰ ਸਟੋਰ ਹੀ ਬਾਹਲੇ ਜ਼ਬਰਦਸਤ ਅਤੇ ਵੱਡੇ ਵੱਡੇ ਬਣਾਏ ਹੋਏ ਆ, ਜਿਵੇਂ ਟੋਮੀ ਹਿਲਫਿਗਰ ਦਾ ਆ ਗਿਆ ਹੈ ਨਾ, ਅਤੇ ਤੁਸੀਂ ਇਹ ਦੇਖੋ ਕਿੱਡਾ ਸਟੋਰ ਬਣਾਇਆ, ਕਿੰਨਾ ਕੁਛ ਮਤਲਬ ਡੈਕੋਰੇਟ ਕਰ ਰੱਖਿਆ ਇਹਨਾਂ ਨੇ, ਅਤੇ ਇੱਧਰ ਵਿਕਟੋਰੀਆ ਸੀਕਰੇਟ ਦਾ ਆ ਗਿਆ, ਅਤੇ ਬਾਕੀ ਮਤਲਬ ਜਿਹੜੀਆਂ ਆਹ ਚੀਜ਼ਾਂ ਹੈ ਨਾ ਸਟਾਲ 'ਤੇ ਲੱਗੀਆਂ ਹੋਈਆਂ, ਅਤੇ ਵਾਹ ਕਮਾਲ ਆ। ਅਤੇ ਆਪਾਂ ਜਾਣਾ ਹੈ ਇੱਧਰਲੇ ਪਾਸੇ, ਖੁਸ਼ੀ ਹੁਣ ਕਹਿੰਦੀ ਐਪਲ ਸਟੋਰ 'ਤੇ ਜਾਣਾ, ਆਪਾਂ ਐਪਲ ਸਟੋਰ ਟਰਾਈ ਕਰਦੇ ਹਾਂ, ਸ਼ਾਇਦ ਫੋਨ ਲੈ ਲਏ ਹੋਰ ਕਸ ਤੋਂ ਬਚ ਜੇ, ਫੋਨ ਦਬਾਉਣ ਦਾ ਤਾਂ ਮੇਰਾ ਵੀ ਨਿੱਜੀ ਰਾਏ ਹੈ। ਆਹ ਦੇਖੋ ਜਿਵੇਂ ਇੱਧਰ ਹੈ ਨਾ, ਅਤੇ ਆਹ ਖਾਣ ਪੀਣ ਦਾ ਸੈਕਸ਼ਨ ਬਣਿਆ, ਇੱਕ ਮਤਲਬ ਕਲਾਸ ਹੈ ਇੱਥੋਂ ਦੀ ਸ਼ੇਖਾਂ ਦੀ, ਅਤੇ ਸੱਚੀ ਮੈਨੂੰ ਲੱਗਦਾ ਬੜੇ ਅਮੀਰ ਬੰਦੇ ਹੁੰਦੇ ਆ, ਬਹੁਤ ਜ਼ਿਆਦਾ ਅਮੀਰ, ਮਤਲਬ ਦੁਨੀਆਂ 'ਚ ਸਭ ਤੋਂ ਵੱਧ ਪੈਸਾ, ਜਿਵੇਂ ਕਹਿੰਦੇ ਤੇਲ ਤੂਲ ਤੋਂ ਤਾਂ ਨਿਕਲ ਹੀ ਹੈ ਇਹਨਾਂ ਕੋਲ ਆ, ਅਤੇ ਤਾਂ ਹੀ ਯਾਰ ਇੰਨਾ ਕੁਛ ਬਣੀ ਜਾਂਦਾ ਸਾਰਾ। ਦੇਖ ਲਓ ਦੁਬਈ, ਫਿਰ ਤੁਹਾਨੂੰ ਦੱਸਦਾ ਮਤਲਬ ਪਿਛਲੇ ਵਲੌਗ 'ਚ ਵੀ ਇਹ ਗੱਲ ਬੋਲੀ ਹੈ, ਇਹੋ ਜਿਹਾ ਕੰਟਰੀ ਦੇਸ਼ ਹੈ ਮਤਲਬ UAE, ਖਾਸ ਕਰਕੇ ਦੁਬਈ ਸ਼ਹਿਰ, ਭਾਵੇਂ ਗਰੀਬ ਤੋਂ ਗਰੀਬ ਬੰਦਾ ਵੀ ਰਹਿ ਲਿਆ ਇੱਥੇ, ਅਤੇ ਜਿਹਦੇ ਕੋਲ ਮਿਲੀਅਨ ਆਉਂਦਾ ਨਾ ਮਹੀਨੇ ਦਾ, ਮਿਲੀਅਨ ਵੀ ਉੱਡ ਜਾਂਦਾ ਇੱਥੇ, ਮਤਲਬ ਮਿਲੀਅਨ ਕੋਈ ਚੀਜ਼ ਨਹੀਂ ਹੈਗੀ, ਇੰਨਾ ਲਗਜ਼ਰੀ ਸਿਟੀ ਹੈ। ਇਹ ਆ ਗਿਆ ਜੀ ਦੁਬਈ ਮਾਲ ਦਾ ਐਪਲ ਸਟੋਰ, ਅਤੇ ਐਪਲ ਸਟੋਰ ਹੀ ਬਹੁਤ ਵੱਡਾ ਯਾਰ, ਮੈਂ ਤਾਂ ਪਹਿਲਾਂ ਮਤਲਬ ਇਹੋ ਜਿਹਾ ਐਪਲ ਸਟੋਰ ਹੀ ਦੇਖਿਆ, ਸ਼ਾਇਦ ਬਾਹਰ ਬੂਹਰ ਦਾ ਅਮੈਰੀਕਾ ਸੈਨ ਫਰਾਂਸਿਸਕੋ ਵਗੈਰਾ ਜਾਂ ਕੈਨੇਡਾ 'ਚ, ਉੱਥੇ ਤਾਂ ਸ਼ਾਇਦ ਹੋਣਗੇ, ਆਸਟ੍ਰੇਲੀਆ, ਨਿਊਜ਼ੀਲੈਂਡ ਹੈ ਨਾ, ਜਿੰਨੇ ਵੀ ਕੰਟਰੀਜ਼, ਪਰ ਫਿਲਹਾਲ ਮੈਂ ਐਵੇਂ ਦਾ ਐਪਲ ਸਟੋਰ ਨਹੀਂ ਦੇਖਿਆ ਕਿ ਜਿਵੇਂ ਦਾ ਇਹ ਐਪਲ ਸਟੋਰ ਹੈ ਇੰਨਾ ਵੱਡਾ ਹੈ ਨਾ। ਅਤੇ ਅੰਦਰ ਚੱਲਦੇ, ਅੰਦਰ ਚੱਲ ਕੇ ਦੇਖਦੇ ਹਾਂ। ਇਹ ਆ ਗਿਆ ਜੀ iPhone 13, ਕਿਉਂਕਿ ਖੜ੍ਹਨ ਦਾ ਉੱਥੇ ਫਾਇਦਾ ਹੈ ਜਿਹੜਾ ਲੇਟੈਸਟ ਹੋਵੇ, iPhone 13 ਲੇਟੈਸਟ ਹੈ, 13 ਲੈਣ ਦੀ ਵਿਚਾਰ ਬਣ ਰਹੀ ਹੈ। ਖੁਸ਼ੀ ਦੇਖ ਯਾਰ ਪਸੰਦ ਹੈ, ਵੈਸੇ ਮੈਨੂੰ ਆਹ ਜ਼ਿਆਦਾ ਸੋਹਣਾ ਲੱਗ ਰਿਹਾ ਕਿਉਂਕਿ ਨਵਾਂ ਕਲਰ ਆਇਆ ਹੈ ਗੋਲਡ, ਅਤੇ ਪ੍ਰੋ ਮੈਕਸ ਹੈ ਵੈਸੇ, ਅਤੇ 13 ਪ੍ਰੋ 'ਚ ਵੀ ਮਿਲ ਜਾਂਦਾ, ਹਾਂ ਸਿਨਮੈਟਿਕ ਮੋਡ ਹੈ ਇਹਦੇ 'ਚ। ਖੁਸ਼ੀ ਦੇਖ ਰਹੀ ਹੈ ਵੀ ਸਿਨਮੈਟਿਕ ਮੋਡ ਹੈਗਾ ਇਹਦੇ 'ਚ ਕਿ ਨਾ, ਕਿਉਂਕਿ ਖੁਸ਼ੀ ਨੇ, ਖੁਸ਼ੀ ਤੂੰ ਕਿਹੜਾ ਹੁਣ ਚੈਨਲ ਸ਼ੁਰੂ ਕਰਨਾ ਆਪਦਾ ਵੀ, ਸਿਨਮੈਟਿਕ ਮੋਡ ਹੈਗਾ, ਮੈਂ ਤਾਂ ਕਹਿੰਦਾ ਫਾਈਨਲ ਕਰ ਦਿਓ ਜੀ, ਨਾਲੇ ਮੇਰਾ ਫਾਇਦਾ ਹੋ ਜੂ, ਪਰਸਨਲੀ ਮੈਂ ਰੱਖ ਲੂੰਗਾ ਇਹਨੂੰ। ਹੋਰ ਤੁਹਾਨੂੰ 12 ਪ੍ਰੋ ਦੇ ਦੂੰਗਾ ਮੇਰੇ ਵੱਲ।
इतने ना यार सारिया चीज़ अपने सस्तियाँ जिमें आ देखे मैं अपने तकरीबन मैक मेरे को वैसे मैकबुक प्रो आ उधर उस साइड पर यह मैकबुक एयर तो एयर 13 तो यह 25,000 रुपए का फर्क है। मैं रीसेंटली बाय की है नवी पहला मेरे को भी मैकबुक एयर से तो वह तो मैं इंडिया तो ही बाय की जी नवी लई है ना वो ना हमने देखे मैं तो 25,000 रुपया सस्ती है इतने मतलब दुबई च टैक्स टुक्स घट ता करके हर चीज़ सस्ती है। फोन भी सस्ता फोन आई थिंक 15-18,000 रुपए का फोन का ही फर्क है अपने नालों यार। कमाल की गल यह है ना मतलब जी कली कली चीज़ आ हर चीज़ से फर्क आ मतलब ईवन कि असी वॉचिस देखिया हूँ इधरले पास घड़िया पे घड़िया भी सस्तियाँ घड़िया भी 5-7,000 घड़ी सस्ती आ आज जो टीवी है तो मैं पता नहीं क्योंकि मैं प्राइज़ ना ले ना पहला पता किया। तो इधरले पास सामने दुबई का मॉल के बहरले पास ये फुहारे चल रहे हैं जोड़े ना पहला तुम होर वीडियोज़ देखिया होनगिया वो फुहारे नहीं चलते होंगे बुर्ज खलीफे के कोल बुर्ज खलीफे के बच्चे ही खड़े हैं वैसे इधरले पास बुर्ज खलीफा आ जाता है तो फुहारे चल रहे है। ये ना शो देखने वाला होंगे वैसे क्योंकि असी किसी दिन कोशिश करांगे किसी व्लॉग ज मतलब तुम ये दिखा सकी क्योंकि यदि टिकट मिलती है अलग तो यदि टिकट बाय करनी पैंती है तो न्यू ईयर तो इतने बहुत एक्सपेंसिव होंगी हैगी तो वैसे भी टिकट लगती है तो बहुत सारे लोग इनू देखते हैं देखो गोरे गूरे बहुत दूरों आते इनू देखने सामने एप्पल म्यूजिक आईपॉड पे ने जड़े अपने आईपॉड लेने होंगे सानू ना यार कोई अंदर इंडियन बंदा मिलिया सीगा ते मतलब उन्हें सानू गाइड किया ते इत्थे सी जिहड़ा पैंदा सीगा 4300 दिरहम दा मतलब 4300 बन गया 85-86,000 रुपए का आईफोन 13 प्रो ते इंडियन हुण तां फिर भी बहुत सस्ता इंडिया मैं लगता 1,00,000 तो उपर ते बट सानू इक उहने शराब डीजे करके दुबई मॉल के अंदर ही एक होर दस्सिया गा कहिंदा वी तुसीं उहनां तों लै लो उहनां तों 400 दिरहम होर सस्ता पै जाणा कहिंदा तुहानूं तो हूँ असं उन्होंने शॉप से जा रहे हैं शराब डीजे दे क्योंकि लेना तो आईफोन 13 प्रो ही है भी सेम ही है हाँ सारा कुछ सेम है वो कहना एप्पल स्टोर मतलब 400-500 दिरहम एक्सपेंसिव है तो हूँ असं शराब डीजे लभ रहे हैं कितने है तो वो देख के हूँ उतों बाय करांगे ठीक है मैम फाइनल है खुशी चल इन्हों का मन गई छेती मन गई अच्छे कहती चल 13 प्रो फाइनल है भी ले लें मेरा भी परसनली फायदा सी थोड़ा दसा क्योंकि ब्लॉग ब्लूग थोड़े को होर कलैरिटी वाले होर सोने अजा कर ना जो 13 प्रो तो कोई शॉर्ट ले अच्छा थोड़े लिए शराब शराब डीजे हम लगते हैं उत्थे किन्ने तक कहते खुशी फाइनली 15 मिनटा की भकाई के बाद लभ ले असी शराब डीजे तो यह कहते बहुत वड्डा मतलब स्टोर है तो इतने सारा इलेक्ट्रॉनिक मिलता तो वैसे सॉरी शायद दुबई का लोकल स्टोर होना यह मतलब जिमें अपने ही बाहर स्टोर होंगे इतने कल एप्पल दे नहीं होर भी फोन मिलते हैं तो पंजाबी बोलते बोली तो जाने हाँ जी भाजी वैसे खुशी ठीक लगता यार ब्लॉगिंग लई तां पर आपां ब्लॉगिंग लई नहीं लैणा ना मैं गिफ्ट करना सानू थोड़े तुसीं देखो जे तुहानूं पसंद है हां पसंद शराफ डीजे दा ना ते कैमरियां तो फोनां तो अलावा लैपटॉप वगैरह होर बहुत सारियां चीज़ां यार आ देखो लैपटॉप पए ने ते बहुत वड्डा स्टोर हैगा 5,000 रुपए दा लैपटॉप आ HP दे यार किड्डे सोहणे सोहणे लैपटॉप आ 3,000 दा 60,000 का हो गया
ਬਈ ਸਕਿਉਰਿਟੀ ਵਾਲੇ ਆ ਕੇ ਮਨਾ ਕਰਕੇ ਕਹਿੰਦੇ ਵਲੌਗਿੰਗ ਅੰਦਰ ਅਲਾਊਡ ਨਹੀਂ, ਇਸ ਕਰਕੇ ਫੋਨ ਸਾਨੂੰ ਇੱਥੇ ਵਲੌਗ ਬੰਦ ਕਰਨਾ ਪੈਣਾ ਹੈਗਾ, ਨਹੀਂ ਤਾਂ ਮੈਨੂੰ ਐਸੀ ਤੁਹਾਨੂੰ ਵੀ ਪ੍ਰਾਈਜ਼ ਦੇ ਡਿਫਰੈਂਸ ਦਿਖਾ ਦਿੰਦਾ ਸਾਰੇ ਦਾ, ਅਤੇ ਸ਼ਾਇਦ ਤਾਂ ਹੀ ਕਰਕੇ ਵਲੌਗਿੰਗ ਇਹਨਾਂ ਨੇ ਅਲਾਊਡ ਵੀ ਨਹੀਂ ਕੀਤੀ, ਕਿਉਂਕਿ ਵੀ ਆਪਾਂ ਪ੍ਰਾਈਜ਼ ਕਈ ਵਾਰੀ ਸ਼ੋਅ ਕਰਦੇ ਨੇ ਵੀ ਇੱਥੇ ਸ਼ਰਾਬ ਡੀਜੇ ਦੇ ਅੰਦਰ ਆਹ ਚੀਜ਼ ਇੰਨੇ ਦੀ ਮੈਂ ਰਹੀ, ਆਹ ਚੀਜ਼ ਇੰਨੇ ਦੀ ਹੈ, ਅਤੇ ਤਾਂ ਕਰਕੇ ਮੈਂ ਜ਼ਿਆਦਾ ਵਲੌਗ ਨਹੀਂ ਕਰੂੰਗਾ, ਮੋਟਾ ਮੋਟਾ ਜੇ ਕੋਸ਼ਿਸ਼ ਕਰੂੰ ਜੇ ਹੋ ਸਕੇ ਤਾਂ ਤੁਹਾਨੂੰ ਸਾਰਾ ਦੱਸ ਦੂੰਗਾ ਵੀ ਇੰਨੇ ਕੁ ਤਾਂ ਪੈਂਦਾ, ਜਾਂ ਆਪਾਂ ਇੱਦਾਂ ਕਰਾਂਗੇ ਮਤਲਬ ਜਿਹੜੀ ਵੀ ਚੀਜ਼ ਅਸੀਂ ਬਾਏ ਕੀਤੀ ਤਾਂ ਉਹ ਆਪਾਂ ਬਾਹਰ ਜਾ ਕੇ ਇੱਥੋਂ ਸਟੋਰ ਤੋਂ ਇਹਨਾਂ ਦੇ ਬਾਹਰ ਜਾ ਕੇ ਐਗਜ਼ਿਟ ਕਰਕੇ ਜਾਂ ਫਿਰ ਰੂਮ 'ਚ ਜਾ ਕੇ ਹੋਟਲ 'ਚ ਜਾ ਕੇ ਤੁਹਾਨੂੰ ਐਕਸਪਲੇਨ ਕਰ ਦੂੰਗਾ ਕਿ ਕਿਹੜੀ ਕਿਹੜੀ ਚੀਜ਼ ਦਾ ਕਿੰਨਾ ਕਿੰਨਾ ਡਿਫਰੈਂਸ ਸੀਗਾ। ਖੁਸ਼ੀ ਬਸ ਹੁਣ ਇਹਨਾਂ ਦਾ ਫਾਈਨਲ ਹੈ ਨਾ, ਇੱਥੋਂ ਹੀ ਲੈਣਾ ਫੋਨ ਹੈ, ਅਤੇ ਕਿੰਨੇ ਦਾ ਲੈਣਾ ਕਿਵੇਂ ਲੈਣਾ ਉਹ ਤੁਹਾਨੂੰ ਸਾਰਾ ਰੂਮ 'ਚ ਜਾ ਕੇ ਐਕਸਪਲੇਨ ਕਰਾਂਗੇ। ਲਓ ਜੀ ਫਾਈਨਲੀ ਅਸੀਂ ਫੋਨ ਲੈ ਲਿਆ, ਅਤੇ ਅੰਦਰ ਵਲੌਗਿੰਗ ਅਲਾਊਡ ਨਹੀਂ ਸੀ, ਅਤੇ ਫੋਨ ਲੈ ਲਿਆ ਨਾਲ ਇੱਕ ਨਿੱਕਾ ਜਿਹਾ ਗਿਫਟ ਹੋਰ ਲਿਆ, ਅਤੇ ਸਾਰਾ ਕੁਝ ਤੁਹਾਨੂੰ ਹੁਣ ਰੂਮ 'ਚ ਜਾ ਕੇ ਦਿਖਾਵਾਂਗੇ। ਅਸੀਂ ਲੇਟ ਹੋ ਗਏ ਯਾਰ, ਹੁਣ ਅਸੀਂ ਚੱਲੇ ਹਾਂ ਘਰੇ, ਅਤੇ ਮਤਲਬ ਹੋਟਲ 'ਚ ਜਿੱਥੇ ਅਸੀਂ ਰਹਿੰਦੇ ਹਾਂ ਉਹੀ ਅਸਲ ਸਾਡਾ ਘਰ ਹੈ। ਇੱਕ ਤਾਂ ਯਾਰ ਸਾਨੂੰ ਕੋਈ ਮਿਲਣ ਆਇਆ ਹੋਇਆ ਹੋਟਲ 'ਚ ਸਾਡੇ ਏਰੀਏ 'ਚ ਬਾਈ, ਅਤੇ ਵੇਟ ਕਰ ਰਿਹਾ, ਅਤੇ ਦੂਸਰਾ ਇਹ ਆ ਵੀ ਹੁਣ ਇੱਥੇ ਕਿਤੇ ਬਹਿ ਕੇ ਖੋਲ੍ਹ ਨਹੀਂ ਸਕਦੇ ਫੋਨ ਨੂੰ, ਹੈ ਨਾ, ਜਿਹੜਾ ਤੁਹਾਨੂੰ ਦਿਖਾ ਸਕੇ, ਕੋਈ ਸਿਟਿੰਗ ਪਲੇਸ ਨਹੀਂ ਹੈਗੀ, ਅਤੇ ਤਾਂ ਕਰਕੇ ਸੋਚਿਆ ਵੀ ਘਰੇ ਜਾ ਕੇ ਸਾਰਾ ਆਪਾਂ ਐਕਸਪਲੇਨ ਕਰਦੇ ਹਾਂ ਵੀ ਕਿੰਨੇ ਜੀ ਬੀ ਹੈ ਅਤੇ ਕਿੰਨਾ ਕਿੰਨਾ ਰੇਟਾਂ ਦਾ ਫਰਕ ਸੀਗਾ, ਜਾਂ ਮਤਲਬ ਤੁਹਾਨੂੰ ਕਿਵੇਂ ਬਾਏ ਕਰਨਾ ਚਾਹੀਦਾ, ਕੀ ਗਰੰਟੀ ਵਰੰਟੀ ਹੈ, ਕਿਉਂਕਿ ਇੱਥੇ ਦੋ ਮਾਡਲ ਆਉਂਦੇ ਆ, ਇੱਕ USA ਸੀਗਾ ਇੱਕ ਮਿਡਲ ਈਸਟ ਗਲਫ ਮਾਡਲ ਸੀਗਾ। ਲਓ ਵੀ ਟੈਂਟੜੇ, ਸੋ ਗਾਇਜ਼ ਆਪਾਂ ਪਹੁੰਚ ਗਏ ਹੁਣ ਰੂਮ ਦੇ ਵਿੱਚ, ਅਤੇ ਦੋ ਆਈਫੋਨ ਲਏ ਆ, ਅਤੇ ਇੱਕ ਤਾਂ ਖੁਸ਼ੀ ਦਾ ਇੱਕ ਮੇਰਾ, ਕਿਉਂਕਿ ਐਨਵਰਸਰੀ ਇਕੱਲੀ ਖੁਸ਼ੀ ਦੀ ਨਹੀਂ ਸੀ, ਮੇਰੀ ਸੀ ਨਾਲ, ਮੇਰੀ ਵੀ ਸੀ ਜੇ ਖੁਸ਼ੀ ਦਾ ਮਤਲਬ ਗਿਫਟ ਦੇਣਾ ਸੀਗਾ ਖੁਸ਼ੀ ਨੂੰ। ਖੁਸ਼ੀ ਕਿਹੜਾ ਰੱਖਣਾ, ਇੱਕ ਰੱਖ ਲਿਆ ਗੋਲਡਨ, ਖੁਸ਼ੀ ਨੇ ਗੋਲਡਨ ਰੱਖ ਲਿਆ, ਮੈਂ ਬਲੂ ਰੱਖ ਲਿਆ, ਅਤੇ ਗਿਫਟ ਇੱਕ ਖੁਸ਼ੀ ਨੂੰ ਮੇਰੇ ਵੱਲੋਂ ਹੋ ਗਿਆ, ਇੱਕ ਮੇਰੇ ਵੱਲੋਂ ਖੁਸ਼ੀ ਨੂੰ ਗਿਆ। ਨਹੀਂ ਖੋਲੇ ਨਹੀਂ, ਇਹ ਅਸੀਂ ਸੀਲਡ ਬਾਕਸ ਫੋਨ ਹੈ ਦੋ ਸਾਡੇ ਕੋਲ, ਦੇਖੋ ਸੀਲ ਲੱਗੀ ਹੋਈ ਹੈਗੀ, ਅਤੇ ਦੋਵੇਂ ਸੀਲਡ ਬਾਕਸ ਫੋਨ ਲਏ ਹੈਗੇ, ਅਤੇ ਇਹ 13 Pro ਨੇ ਦੋਨੇ, 13 Pro ਇੱਕ 256 GB ਹੈ, ਅਤੇ ਇੱਕ ਹੈਗਾ ਗਾ 128 GB। 256 ਤੁਹਾਨੂੰ ਲੈ ਕੇ ਦਿੱਤਾ, ਕੁੜੀਆਂ ਨੂੰ ਨਾ ਬਹੁਤ ਪ੍ਰੋਬਲਮ ਹੁੰਦੀ ਹੈ ਰੀਲਾਂ ਰੂਲਾਂ ਵਾਲੀਆਂ ਬਣਾਉਂਦੀ ਹੈ, ਤਾਂ ਕਰਕੇ ਮਤਲਬ ਮੈਨੂੰ ਜ਼ਿਆਦਾ ਮੈਮਰੀ ਲੈਣੀ ਸਟੋਰੇਜ। ਅੱਛਾ, ਅਤੇ ਹੁਣ ਆਪਾਂ ਗੱਲ ਕਰੀਏ, ਨਾਲੇ ਤਾਂ ਆਪਾਂ ਇਹਦੇ ਨਾਲ ਨਾਲ ਮਤਲਬ ਬਾਕਸ ਓਪਨ ਕਰਾਂਗੇ, ਤੁਹਾਨੂੰ ਦਿਖਾਊਂਗਾ ਮੈਂ ਫੋਨ ਕਿਵੇਂ ਦਾ, ਨਾਲ ਨਾਲ ਵੀ ਇਹ ਕਿੰਨੇ ਦਾ ਪਿਆ, ਕੀ ਕੋਸਟ ਪਈ ਹੈ। ਆਲਮੋਸਟ ਇਹ ਮਤਲਬ 92,000-93,000 ਦਾ ਇੰਡੀਅਨ ਰੁਪੀਜ਼ ਪਿਆ ਹੈਗਾ, ਜਿਹੜਾ 256 GB ਦੀ ਮੈਂ ਗੱਲ ਕਰ ਰਿਹਾ। ਟੈਕਸ ਟੁਕਸ ਪਾ ਕੇ ਇਹ 95,000-96,000 ਰੁਪਏ ਦੇ ਨੇੜੇ ਤੇੜੇ ਬੈਠਿਆ ਗਾ, ਕਿਉਂਕਿ ਨਾ ਹੁਣ ਦਰਾਮ ਦਾ ਪ੍ਰਾਈਜ਼ ਅਪ ਡਾਊਨ ਚੱਲ ਰਿਹਾ ਲਗਾਤਾਰ, ਜਿਹੜਾ ਰਸ਼ੀਆ ਤੇ ਯੂਕਰੇਨ ਦੀ ਵਾਰ ਚੱਲ ਰਹੀ ਹੈ, ਉਹਦੇ ਕਰਕੇ ਮੇਰੇ ਵੱਧ ਪੈਸੇ ਲਵਾ ਦੇ ਖੁਸ਼ੀ ਨੇ, ਨਹੀਂ ਘੱਟ ਚ ਸਰ ਜਾਂਦਾ। ਇੰਡੀਆ ਮੇਰੇ ਖਿਆਲ ਚ 1.25 lakh ਦੇ ਨੇੜੇ ਤੇੜੇ ਹੋਣਾ ਇੰਡੀਆ, ਮੈਨੂੰ ਪਤਾ ਨੀ, ਕਮੈਂਟ ਕਰਕੇ ਦੱਸ ਦਿਓ। ਇੱਥੇ 20-25 ਹਜ਼ਾਰ ਰੁਪਏ ਸਸਤਾ ਪੈ ਗਿਆ, ਤੇ ਹੁਣ ਆਪਾਂ ਪਹਿਲਾਂ ਖੋਲਦੇ ਹਾਂ ਖੁਸ਼ੀ, ਪਹਿਲਾਂ ਆਹ ਫੋਨ ਖੋਲਦੇ ਹਾਂ ਗੋਲਡ, ਲਓ ਜਕਾਰਾ, ਆਹ ਲਓ, ਆਹ ਲਓ ਜੀ, ਇਹ ਆ ਗਿਆ ਆਪਣਾ ਗੋਲਡ ਫੋਨ, ਨਵਾਂ ਅਨਕੋਰ। ਦੁਬਈ ਚ ਗੋਲਡ ਵੈਸੇ ਵੀ ਬਹੁਤ ਮਸ਼ਹੂਰ ਹੈ, ਤੇ ਤੁਹਾਨੂੂੰ ਇੱਥੇ ਗੋਲਡ ਦਾ ਬਾਜ਼ਾਰ ਵੀ ਹੈ ਨਾ, ਸੋਨੇ ਦੇ ਨਾ, ਜਿਹੜਾ ਮੈਂ ਤੁਹਾਨੂੰ ਦੱਸਦਾ, ਜਿਹੜਾ ਮੋਬਾਈਲ ਹੈ ਨਾ, ਸੋਨੇ ਦੇ ਮੋਬਾਈਲ ਮਿਲਦੇ ਆ ਇੱਥੇ, ਜਿਵੇਂ ਨਹੀਂ ਨਹੀਂ ਫੋਨ ਵੀ ਮਿਲਦੇ ਆ ਬੈਕਗਰਾਉਂਡ ਦੇ, ਹਾਂਜੀ ਹਾਂ, ਸੋਨੇ ਦੇ ਫੋਨ ਮਿਲਦੇ ਆ, ਤੇ ਉੱਥੇ ਵੀ ਲੈ ਕੇ ਜਾਵਾਂਗੇ ਜਿੱਥੇ ਹੈਗਾ। ਤੇ ਇਹਦੇ ਵਿੱਚ ਕੀ ਕੁਛ ਨਿਕਲਿਆ ਹੁਣ, ਐਪਲ ਵਾਲੇ ਯਾਰ ਅਡਾਪਟਰ ਵੀ ਦੇਣੋ ਹਟ ਗਏ, ਇਕੱਲੀ ਕੇਬਲ ਦਿੰਦੇ ਆ, ਤੇ ਹੈਡਫੋਨ ਵੀ ਦੇਣੋ ਹਟ ਗਏ, ਹੈਡਫੋਨ ਵੀ ਕੁਛ ਵੀ ਨਹੀਂ ਆਉਂਦਾ ਨਾਲ, ਇਕੱਲਾ ਹੀ ਹੁੰਦਾ ਹੈਗਾ, ਏਅਰਫੋਨ ਕਹਿੰਦੇ ਆ ਸਾਡੇ ਵੱਖਰੇ ਜਿਗਰੀ ਤੋਂ। ਮੇਰੀ ਅੱਜ ਕੁੱਤੇ ਪਕਾਈ ਬਚ ਗਈ, ਜੇ ਖੁਸ਼ੀ ਮੈਨੂੰ ਸੂਟਾਂ ਤੇ ਲੈ ਜਾਂਦੀ ਫਿਰ ਤਾਂ ਸੱਤਿਆਨਾਸ਼ ਹੋ ਜਾਂਦਾ। ਚਾਰਜ ਚੂਰਜ ਕਰ ਲਈਏ, ਤੇ ਕਿਉਂਕਿ ਬੈਟਰੀ ਦੀ ਥੋੜੀ ਚਾਰਜ ਹੈ, ਚਾਰਜ ਕਰਕੇ ਫਿਰ ਤੁਹਾਨੂੰ ਫੋਟੋ ਫੂਟੋ ਦੁਬਈ ਹੋਰ ਘੁਮਾਵਾਂਗੇ, ਤੇ ਨਾਲੇ ਜਿੱਥੇ ਸੋਨੇ ਦੇ ਫੋਨ ਮਿਲਦੇ ਉਹ ਵੀ ਵਲੌਗ ਤੁਹਾਨੂੰ ਦਿਖਾਉਣਾ, ਸਾਰਾ ਕੁਛ ਦਿਖਾਵਾਂਗੇ। ਇੱਕ ਨਾ ਇੱਥੇ ਦੁਬਈ ਚ ਪੰਗਾ ਬਹੁਤ ਹੈ ਯਾਰ, ਇੱਥੇ ਚਾਰਜਰ ਨਹੀਂ ਲੱਗਦੇ ਹੈਗੇ, ਇੱਥੇ ਨਾ ਆਹ ਦੂਜੇ ਪੁਆਇੰਟ ਵਾਲੇ ਚਾਰਜਰ ਆ, ਤੇ ਨਾ ਹੀ ਆਈਫੋਨ ਵਾਲੇ ਹੁਣ ਨਾਲ ਵੀ ਦੇਣੋ ਫਟ ਗਏ, ਹੁਣ ਨਵਾਂ ਚਾਰਜਰ ਬਾਏ ਕਰਨਾ ਪੈਣਾ ਪਹਿਲਾਂ। ਸੋ ਮਿਲਦੇ ਹਾਂ ਆਪਾਂ ਨਵੇਂ ਵਲੌਗ ਚ, ਜੇ ਤੁਹਾਨੂੰ ਵਲੌਗ ਚੰਗਾ ਲੱਗਿਆ ਸਾਡੇ ਚੈਨਲ ਸਬਸਕ੍ਰਾਈਬ ਕਰਿਓ, ਆਉਂਦੇ ਰਹਾਂਗੇ ਤੁਹਾਨੂੰ ਨਵੀਂ ਨਵੀਂ ਦੁਨੀਆ, ਮਿਲਦੇ ਹਾਂ ਨਵੇਂ ਵਲੌਗ ਚ, ਗੁੱਡ ਬਾਏ।